तुहानु 1.5 लाख का पतीला दिखा रहे हैं जी, तांबे का पतीला, तो ये 1.5 लाख रुपया इसकी कीमत है। इस सब तो वधिया सब तो बेस्ट सब्जी बनती, सब तो स्वाद सब्जी बनती, इहदे नाल कोई रोग नहीं लगता। ਘਰਾਂ 'ਚ ਪਿੱਤਲ ਤਾਂ ਖਤਮ ਹੋ ਰਿਹਾ, ਇਹਨੂੰ ਕਲੀ ਕਰਾਉਣਾ ਪੈਂਦਾ, ਉਹ ਉਹਨਾਂ ਕੋਲ ਟਾਈਮ ਹੈ ਨਹੀਂ। ਉਹ ਸਟੀਲ ਦਾ ਬਰਤਨ ਲਿਆ, ਉਹ 'ਚ ਚਾਹ ਬਣਾ ਲਈ, ਸਿਲਵਰ ਦਾ ਲੈ ਲਿਆ, ਉਹ 'ਚ ਸਬਜ਼ੀ ਬਣਾ ਲਈ, ਮਾੜਾ ਧੋਤਾ ਦੇ ਕੰਮ ਖਤਮ, ਕੋਈ ਕਲੀ ਕਰਾਉਣ ਦੀ ਲੋੜ ਨਹੀਂ, ਲੈਣਾ ਨਹੀਂ ਕਦੇ। ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੱਥਾਂ ਦੀ ਕਾਰਾਗਰੀ, ਜੋ ਪਿੱਤਲ ਦੇ ਤਾਂਬੇ ਦੇ ਬਰਤਨ ਬਣਦੇ ਨੇ। ਜੰਡਿਆਲਾ ਗੁਰੂ ਦੇ ਵਿੱਚ ਖੜ੍ਹੇ ਹਾਂ, ਤੋ ਇੱਥੇ ਪਿੱਤਲ ਦੀਆਂ ਦੇਗਾਂ ਬਣਦੀਆਂ ਨੇ, ਪਤੀਲੇ ਬਣਦੇ ਨੇ, ਆਓ ਕਰਦੇ ਹਾਂ ਗੱਲਾਂ। ਸ਼ਾਹ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿਵੇਂ ਕੰਮ ਕਰ? ਕੰਮ ਕਰ ਚੱਲੀ ਹੁੰਦਾ, ਇੱਦਾਂ ਹੀ ਮਾਲਕ ਦੀ ਦੇਣ। ਅੱਛਾ, ਅਤੇ ਕਿਹੜੀ ਕਿਹੜੀ ਚੀਜ਼ ਬਣਾਉਂਦੇ? ਦੇਖੋ, ਤਾਂਬੇ ਦੀਆਂ ਦੇਗਾਂ, ਤਾਂਬੇ ਦੇ ਪਤੀਲੇ ਵੱਡੇ, ਕੜਾਹੀਆਂ ਤਾਂਬੇ ਦੀਆਂ, ਪਿੱਤਲ ਦੀਆਂ ਕੜਾਹੀਆਂ, ਤਾਂਬੇ ਦੇ ਪਤੀਲੇ, ਪਿੱਤਲ ਦੇ ਪਤੀਲੇ, ਸਿਲਵਰ ਦੇ ਵੀ ਬਣਾ ਲਈ ਦੇ ਆ, ਸਟੀਲ ਦੇ ਵੀ ਬਣਾ ਲਈ ਦੇ ਆ। ਸਾਰਿਆਂ ਤੋਂ ਵੱਧ ਵਿਕਰੀ ਕਿਹੜੀ ਚੀਜ਼ ਦੀ, ਤਾਂਬੇ ਦੀ, ਪਿੱਤਲ ਦੀ ਜਾਂ ਸਿਲਵਰ? ਤਾਂਬੇ ਦੀ ਤੇ ਪਿੱਤਲ ਦੀ ਸਭ ਤੋਂ ਜ਼ਿਆਦਾ ਵਿਕਰੀ ਆ, ਤਾਂਬੇ ਦੀ। ਤੁਹਾਡੇ ਹੁਣ ਤੱਕ ਕਿੰਨੇ ਕੁ ਕਾਰੀਗਰ ਸੀ ਪੁਰਾਣੇ ਤੁਹਾਡੇ? ਪਹਿਲਾਂ ਤੇ ਘੱਟ ਤੋਂ ਘੱਟ 5000 ਬੰਦਾ ਸੀ ਕੰਮ ਕਰਦਾ, ਤੇ ਹੁਣ ਤੁਸੀਂ ਦੁਕਾਨਾਂ ਵੇਖ ਲਓ, ਦੁਕਾਨਾਂ ਬੰਦ ਪਈਆਂ ਵਾ, ਕੁਛ ਲੋਕ ਮਰ ਗਏ ਆ, ਕੁਛ ਕੰਮ ਛੱਡ ਗਏ, ਗਾਂਹ ਆਉਣ ਵਾਲੀ ਪੀੜ੍ਹੀ ਉਹਨਾਂ ਦੇ ਕੰਮ ਨਹੀਂ ਕਰਦੀ ਕੋਈ। ਕੀ ਕਾਰਨ ਇਹਦੇ ਪਿੱਛੇ? ਕਾਰਨ ਇਹਦਾ ਵਾ ਵੀ ਸਰਕਾਰ ਨੇ ਅੱਜ ਤੱਕ ਨਾ ਇਹਨਾਂ ਨੂੰ ਕੋਈ ਲੋਨ ਦਿੱਤਾ, ਨਾ ਤਰੱਕੀ ਦਿੱਤੀ। ਜਿਨ੍ਹਾਂ ਦਾ ਉਹ ਕੰਮ ਕਰਦੇ ਆ ਉਹ ਆਪਣੇ ਜੋਗਾ ਹੀ ਰੱਖਦੇ ਆ, ਗਾਂ ਨਹੀਂ ਵਧਣ ਦਿੰਦੇ ਅਤੇ ਨਾ ਵਧ ਸਕਦੇ ਆ। ਜੇ ਸਰਕਾਰ ਚਾਹਵੇ ਵੀ ਆਪਣਾ, ਜਿਵੇਂ ਕਹਿੰਦੇ ਆ ਵੀ ਲੋਨ ਲਓ ਅਤੇ ਆਪਣਾ ਕਾਰੋਬਾਰ ਕਰੋ, ਇੱਥੇ ਕਈ ਆਏ ਆ, ICI ਬੈਂਕ ਵਾਲੇ ਵੀ ਆਏ ਸੀ, ਉਹਨਾਂ ਨੂੰ ਵਹਾਇਆ ਸੀ ਵੀ ਸਾਨੂੰ ਥੋੜ੍ਹਾ ਬਹੁਤਾ ਦੇ ਕੇ ਵੇਖੋ, ਜੇ ਸਾਨੂੰ ਤੁਹਾਨੂੰ ਚੰਗਾ ਲੱਗੂਗਾ ਸਾਨੂੰ ਗਾਂਹ ਦੇ ਦਿਓ, ਅਸੀਂ ਲੱਖ ਨਾ ਤੁਹਾਨੂੰ ਪਹਿਲਾਂ ਲੱਖ ਮੰਗਦੇ ਹਾਂ, ਲੱਖ ਲੱਥ ਜੂਗਾ, ਫਿਰ 2 ਲੱਖ ਦੇ ਜਾਓ, ਫਿਰ 5 ਲੱਖ, ਸਾਡੀ ਆਪੇ ਤਰੱਕੀ ਹੁੰਦੀ ਜਾਊਗੀ। ਅੱਛਾ, ਤੁਹਾਡੀ ਇਹ ਸਿਸਟਮ ਕੀ ਹੈ ਸਾਰਾ? ਤਾਂਬਾ ਪਿੱਤਲ ਕਿੱਥੋਂ ਆਉਂਦਾ ਤੁਹਾਡੇ ਕੋਲ? ਕਾਰੀ ਆਪਣਾ ਤੁਸੀਂ ਠੇਕੇ 'ਤੇ ਬਣਾਉਂਦੇ ਹੋ, ਕੀ ਕਰਦੇ ਸਾਰਾ ਸਿਸਟਮ? ਇਹ ਸਾਰਾ ਸਿਸਟਮ ਆ ਠੇਕੇ 'ਤੇ, ਠੀਕ ਆ। ਕੁਛ ਅਸੀਂ ਕੋਈ ਆ ਜਾਂਦਾ ਗਾਹਕ ਦੇ, ਅਸੀਂ ਆਪਣਾ ਹੀ ਬਣਾ ਕੇ ਦੇ ਦੇਈਦਾ, ਪਰ ਜੇ ਅਸੀਂ ਆਪਣਾ ਬਣਾਉਂਦੇ ਹਾਂ ਤਾਂ ਸਾਨੂੰ ਚਾਦਰਾਂ ਨਹੀਂ ਮਿਲਦੀਆਂ। ਸਾਡੇ ਕੋਲ ਆਪਣਾ ਕੰਮ ਚਾਦਰ ਸਾਨੂੰ ਸਿੱਧੀ ਦਿੱਲੀਓਂ ਆ ਜਾਣੀ, ਛਾਬੜੀ ਬਾਜ਼ਾਰੋਂ, ਉੱਥੋਂ ਮਾਲ ਆਉਂਦਾ ਸਿੱਧਾ ਹੀ, ਉੱਥੋਂ ਅਸੀਂ ਆਪ ਹੀ ਲੈ ਜਾ ਕਿਸੇ ਲੈ ਜਾ ਕੇ, ਅਤੇ ਉਹਦੇ ਨਾਲ ਫਿਰ ਸਾਡਾ ਚੱਲਦਾ ਕਾਰੋਬਾਰ। ਅਤੇ ਇੰਨਾ ਤਾਂ ਹੁਣ ਸਾਡੇ ਕੋਲ ਪੈਸੇ ਹੈ ਨਹੀਂ, 4-5 ਲੱਖ ਰੁਪਈਆ ਕਿੱਥੋਂ ਲਾਈਏ? ਹੁਣ ਆ ਕੇ ਪਤੀਲਾ 12 ਰੁਪਇਆ ਵਾ, 1.5 ਲੱਖ ਦਾ ਪਤੀਲਾ ਵਾ ਇੱਕ। 1.5 ਲੱਖ ਦਾ? ਆਹ ਤੁਹਾਨੂੰ 1.5 ਲੱਖ ਦਾ ਪਤੀਲਾ ਦਿਖਾ ਰਹੇ ਹਾਂ ਜੀ, ਪਿੱਤਲ ਦਾ ਪਤੀਲਾ, ਤਾਂਬੇ ਦਾ ਪਤੀਲਾ, ਅਤੇ ਇਹ 1.5 ਲੱਖ ਰੁਪਇਆ ਇਸ ਦੀ ਕੀਮਤ ਹੈ, ਬਾਊ ਜੀ ਦਾ ਕਹਿਣਾ। ਹੋਰ ਗੱਲਾਂ ਕਰਦੇ ਹਾਂ ਬਾਊ ਜੀ ਦੇ ਨਾਲ। ਅੱਛਾ ਬਾਊ ਜੀ, ਪਿੰਗਲਵਾੜੇ ਹੀ ਜਾਣਾ, ਹਾਂ, 4 ਪਤੀਲੇ ਅੰਦਰ ਪਏ ਹੋਰ। ਇੰਨਾ ਮਹਿੰਗਾ ਉਹ ਖਰੀਦਦੇ ਨੇ? ਇਹ 'ਚ ਸਭ ਤੋਂ ਵਧੀਆ ਅਤੇ ਸਭ ਤੋਂ ਬੈਸਟ ਸਬਜ਼ੀ ਬਣਦੀ, ਅਤੇ ਸਭ ਤੋਂ ਸਵਾਦ ਸਬਜ਼ੀ ਬਣਦੀ, ਇਹਦੇ ਨਾਲ ਕੋਈ ਰੋਗ ਨਹੀਂ ਲੱਗਦਾ। ਜੇ ਤੁਸੀਂ ਸਿਲਵਰ ਲੈਂਦੇ ਜੇ, ਤਾਂ ਸਿਲਵਰ ਦੇ ਨਾਲ ਜਿਹੜੀਆਂ ਪੁਰਾਣੀਆਂ ਜਿਹੜੀਆਂ ਪਾਣੀ ਪਾ ਕੇ ਰੱਖੋ ਨਾ ਸਿਲਵਰ 'ਚ, ਤਾਂ ਤੁਹਾਨੂੰ ਲੰਮੀਆਂ ਲੰਮੀਆਂ ਲੀਕਾਂ ਨਜ਼ਰ ਆਉਂਦੀਆਂ, ਜਿਵੇਂ ਲੂਣ ਨਜ਼ਰ ਆਉਂਦਾ ਵਾ, ਤਾਲਾ ਵਾ ਹੀ ਅੰਦਰ ਉਹਨਾਂ ਸਿਲਵਰ ਦਾ। ਅੱਛਾ, ਇਹਦੇ ਤੁਹਾਡੇ ਮੁਤਾਬਕ ਪਿੱਤਲ ਅਤੇ ਤਾਂਬੇ ਵਿੱਚ ਖਾਣ ਨਾਲ ਬਿਮਾਰੀਆਂ ਘੱਟਦੀਆਂ ਨੇ? ਹਾਂਜੀ, ਤਾਂਬਾ ਜਿਹੜਾ ਨਾ, ਤੁਸੀਂ ਜੱਗ ਰਾਤ ਨੂੰ ਪਾਣੀ ਦਾ ਭਰ ਕੇ ਰੱਖ ਲਓ, ਸਵੇਰੇ ਉਹ ਪੀਓ, ਤੁਹਾਨੂੰ ਸਾਹ ਦੀ ਬਿਮਾਰੀ ਨਹੀਂ ਲੱਗੂਗੀ। ਆਹ ਵੇਖੋ ਸਿਲਵਰ ਪਿਆ ਪਿਆ, ਆਪੇ ਸੜੀ ਜਾਣਾ ਵਾ, ਅਤੇ ਜੇ ਇਹ ਬੰਦਾ ਖਾਊਗਾ ਤਾਂ ਬੰਦੇ ਦੇ ਅੰਦਰ ਕੀ ਕਰੂਗਾ ਜਾ ਕੇ? ਅੱਛਾ, ਤੁਹਾਡੇ ਮੁਤਾਬਕ ਸਿਲਵਰ ਜਿਹੜਾ ਅੰਦਰ ਸੜਦਾ ਅਤੇ ਤਾਂਬਾ ਜਿਹੜਾ ਇਹ ਸੜਦਾ ਨਹੀਂ? ਇਹ ਨਹੀਂ ਸੜਦਾ, ਇਹ ਸਗੋਂ ਫਾਇਦਾ ਕਰਦਾ ਵਾ। ਇਹਦੀ ਤਾਂ ਇਹੋ ਜਿਹੀ ਆ ਵੀ ਤੁਹਾਨੂੰ ਇਹਨੇ ਬੋਡੀ ਦੇ ਵਿੱਚ ਤਾਕਤ ਦੇਣੀ ਹੈ, ਤੁਹਾਨੂੰ ਬੋਡੀ ਨੂੰ ਨੁਕਸਾਨ ਨਹੀਂ ਕਰਨਾ। ਵਧੀਆ ਤੁਸੀਂ ਗੱਲ ਦੱਸ ਰਹੇ ਹੋ ਕਿ ਇਹਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ, ਜਿਵੇਂ ਤੁਸੀਂ ਦੱਸਿਆ ਵੀ ਸਾਹ ਦੀ ਬਿਮਾਰੀ ਤੋਂ ਬੰਦਾ ਬਚ ਸਕਦਾ, ਫਿਰ ਵੀ ਲੋਕ ਇਸ ਚੀਜ਼ ਤੋਂ ਕਿਉਂ ਦੂਰ ਹੋ ਰਹੇ ਨੇ? ਸਾਡੇ ਘਰਾਂ ਦੇ ਵਿੱਚੋਂ ਪਿੱਤਲ ਕਿਉਂ ਖਤਮ ਹੋ ਰਿਹਾ? ਘਰਾਂ 'ਚ ਪਿੱਤਲ ਤਾਂ ਖਤਮ ਹੋ ਰਿਹਾ, ਇਹਨੂੰ ਕਲੀ ਕਰਾਉਣਾ ਪੈਂਦਾ, ਉਹ ਉਹਨਾਂ ਕੋਲ ਟਾਈਮ ਹੈ ਨਹੀਂ। ਉਹ ਸਟੀਲ ਦਾ ਬਰਤਨ ਲਿਆ, ਉਹ 'ਚ ਚਾਹ ਬਣਾ ਲਈ,
ਸਿਲਵਰ ਦਾ ਲੈ ਲਿਆ ਉਹ ਸਬਜ਼ੀ ਬਣਾ ਲਈ ਮਾੜਾ ਧੋਤਾ ਤੇ ਕੰਮ ਖਤਮ ਕੋਈ ਕਲੀ ਕਰਾਉਣ ਦੀ ਲੋੜ ਨਹੀਂ ਲੈਣਾ ਨਹੀਂ ਦੇਣਾ ਨਹੀਂ ਪਰ ਉਹ ਕੁਛ ਸਮਾਂ ਪਾ ਕੇ ਸਰੀਰ ਨੂੰ ਆ ਮੇਰੇ ਮੋਢੇ ਪੀੜੀ ਮੇਰੇ ਗੋਡੇ ਪੀੜੀ ਮੇਰੀ ਪਿੱਠ ਪੀੜੀ ਇਹ ਹੁੰਦਾ ਵਾ ਹਾਂ ਪੁਰਾਣੇ ਸਮੇਂ 'ਚ ਲੋਕ ਦਹੇਜ ਵਾਸਤੇ ਬਣਾਉਂਦੇ ਹੁੰਦੇ ਸੀ ਪਰਾਤਾਂ ਪਿੱਤਲ ਦੀਆਂ ਦੇਣੀਆਂ ਤਾਂਬੇ ਦੀਆਂ ਦੇਣਾ ਅੱਜ ਵੀ ਉਹ ਰਿਵਾਜ਼ ਹੈਗਾ ਨਹੀਂ ਹੁਣ ਨਹੀਂ ਹੈਗਾ ਉਹ ਪਰਾਤਾਂ ਦਿੰਦੇ ਸੀ ਪਤੀਲਿਆਂ ਦੇਣਾ ਗਾਗਰ ਦੇਣੀ ਗਲਾਸ ਦੇਣੇ ਕੋਲੀਆਂ ਦੇਣੀਆਂ ਥਾਲੀਆਂ ਦੇਣੀਆਂ ਕਹਿੰਦੇ ਛਾਲ ਛੰਨੇ ਦੇਣੇ ਕਹਿੰਦੇ ਛੰਨੇ ਦੇ ਵਿੱਚ ਦਹੀਂ ਖਵਾਉਂਦੇ ਸੀ ਅੱਜ ਕੱਲ੍ਹ ਉਹ ਰਿਵਾਜ਼ ਹੈ ਨਹੀਂ ਖਤਮ ਹੁੰਦੇ ਉਦੋਂ ਰਿਵਾਜ਼ ਸੀ ਇੱਕ ਦਿਨ ਪਹਿਲਾਂ ਸ਼ਾਮ ਨੂੰ ਬਰਾਤ ਆਉਂਦੀ ਸੀ ਅਤੇ ਦੂਸਰੇ ਦਿਨ ਜਾਂਦੀ ਸੀ ਅਤੇ ਅੱਜ ਕੱਲ੍ਹ ਰਿਵਾਜ਼ ਆ ਸਵੇਰੇ ਆਉਂਦੇ ਅਤੇ ਸ਼ਾਮੀ ਚਲੋ ਚਲੀ ਚਲੀਏ ਘਰ ਪੁਰਾਣਾ ਜਿਹੜਾ ਸਭਾ ਹੈ ਵਿਰਸਾ ਵੀ ਖਤਮ ਹੋ ਰਿਹਾ ਹੈ ਅਤੇ ਪਿੱਤਲ ਵੀ ਸਾਡੇ ਘਰਾਂ ਦੇ ਵਿੱਚੋਂ ਗੁਆਚ ਰਿਹਾ ਹੈ।